ਜਿਹੜੇ ਸਨੇਕ ਬਾਈਟ ਦੇ ਕੇਸਿਸ ਹੈ, ਅਸੀਂ ਆਮ ਤੌਰ 'ਤੇ ਕੀ ਦੇਖਦੇ ਹਾਂ ਕਿ ਜਿੱਦਾਂ ਹੀ ਸਨੇਕ ਬਾਈਟ ਕਿਸੇ ਨੂੰ ਹੁੰਦਾ ਹੈ ਅਤੇ ਆਲੇ ਦੁਆਲੇ ਦੇ ਲੋਕ ਜਾਂ ਫਿਰ ਮਰੀਜ਼ ਆਪ ਬਹੁਤ ਡਰ ਜਾਂਦਾ ਹੈ। ਉਹ ਡਰਨ ਕਰਕੇ ਉਸ ਪੈਨਿਕ 'ਚ ਕਈ ਵਾਰੀ ਮਿਸਟੇਕਸ ਹੁੰਦੀ ਹੈ, ਤਾਂ ਸਭ ਤੋਂ ਬੇਸਿਕ ਇਹੀ ਹੈਗਾ, ਸਭ ਤੋਂ ਪਹਿਲੇ ਉਹ ਪੈਨਿਕ ਕ੍ਰੀਏਟ ਕਰਨ ਨਾ ਹੋ। ਅਤੇ ਉੱਥੇ ਜ਼ਰੂਰੀ ਉਸ ਚੀਜ਼ ਵਾਸਤੇ ਇੱਕ ਗੱਲ ਬਹੁਤ ਜ਼ਰੂਰੀ ਜਾਣਨਾ ਹੈਗਾ ਕਿ ਜਿੰਨੇ ਵੀ ਸਾਡੇ ਆਲ ਓਵਰ ਵਰਲਡ ਜਾਂ ਇੰਡੀਆ 'ਚ ਤੁਸੀਂ ਕਹਿ ਲਓ ਸਨੇਕਸ ਹੈਗੇ, ਉਹਦੇ ਵਿੱਚੋਂ ਲੈੱਸ ਦੈਨ 20% ਹੀ ਪੋਇਜ਼ਨਸ ਹੁੰਦੇ ਆ। ਠੀਕ ਹੈ, ਤੇ ਜਿਹੜੇ ਮੈਕਸਿਮਮ 70-80% ਜਿਹੜੇ ਸਨੇਕਸ ਹੁੰਦੇ ਉਹ ਪੋਇਜ਼ਨਸ ਹੀ ਨਹੀਂ ਹੁੰਦੇ, 20% ਜਿਹੜੇ ਸਨੇਕ ਨੇ ਉਹੀ ਜਾਨਲੇਵਾ ਹੁੰਦੇ, ਉਹੀ ਜ਼ਹਿਰੀਲੇ ਹੁੰਦੇ, ਜਿਹਦੇ ਵਿੱਚੋਂ 7-8% ਹੀ ਹੁੰਦੇ ਜਿਹੜੇ ਇਨਸਾਨ ਦੀ ਜਾਨ ਲੈ ਸਕਦੇ ਨੇ। ਕਈ ਜ਼ਹਿਰੀਲੇ ਹੁੰਦੇ ਲੇਕਿਨ ਉਹਨਾਂ ਦਾ ਜ਼ਹਿਰ ਇੰਨਾ ਤੇਜ਼ ਨਹੀਂ ਹੁੰਦਾ ਕਿ ਉਹ ਮਰੀਜ਼ ਦੀ ਜਾਨ ਲੈ ਸਕਣ। ਜਿਹੜੇ ਮਰੀਜ਼ ਜਿਹੜੇ ਸਭ ਜ਼ਹਿਰ ਲੈ ਸਕਦੇ ਉਹਨਾਂ ਦੀ ਪਰਸੈਂਟੇਜ ਬਹੁਤ ਹੀ ਘੱਟ ਹੁੰਦੀ ਹੈ। ਅਤੇ ਇਸ ਕਰਕੇ ਸਭ ਤੋਂ ਪਹਿਲਾਂ ਇਨਸਾਨ ਨੂੰ ਜਾਂ ਫਿਰ ਜਿਹੜਾ ਵੀ ਮਰੀਜ਼ ਹੈਗਾ ਜਿਹਨੂੰ ਸੱਪ ਕੱਟਿਆ ਜਾਂ ਫਿਰ ਜਿਹੜੇ ਉਹ ਰਿਲੇਟਿਵਸ ਹੈਗੇ ਜਿਹੜਾ ਵੀ ਫਰੈਂਡ ਨਾਲ ਹੈਗਾ, ਉਹ ਪੇਸ਼ੈਂਟ ਨੂੰ ਸਭ ਤੋਂ ਪਹਿਲਾਂ ਇਹ ਅਸ਼ਿਓਰ ਕਰਨ, ਚਾਹੇ ਤੁਹਾਨੂੰ ਪਤਾ ਵੀ ਹੋਵੇ ਕਿ ਉਹ ਜ਼ਹਿਰੀਲਾ ਹੈਗਾ, ਸਭ ਤੋਂ ਪਹਿਲਾਂ ਪੇਸ਼ੈਂਟ ਨੂੰ ਇਹੀ ਅਸ਼ਿਓਰ ਕਰਨਾ ਹੈ ਕਿ ਕੋਈ ਗੱਲ ਨਹੀਂ, ਸਭ ਕੁਝ ਠੀਕ ਹੋ ਸਕਦਾ। ਹੋ ਸਕਦਾ ਪਈ ਕਿ ਸਨੇਕ ਨੋਨ ਪੋਇਜ਼ਨਸ ਹੈ। ਅੱਧੀ ਚੀਜ਼ ਇੱਥੇ ਹੀ, ਜਿਸ ਦਿਨ ਜਿਸ ਟਾਈਮ ਮਰੀਜ਼ ਦਾ ਡਰ ਦੂਰ ਹੋ ਜਾਂਦਾ ਉਸ ਟਾਈਮ ਮਰੀਜ਼ ਵੀ ਥੋੜ੍ਹਾ ਰਿਲੈਕਸ ਹੋ ਜਾਂਦਾ, ਬਾਡੀ 'ਚ ਜਿਹੜੀ ਮੂਮੈਂਟਸ ਉਹਦੀ ਘਬਰਾਹਟ ਨੂੰ ਕਿ ਮਰੀਜ਼ਾਂ ਨੂੰ ਹਾਰਟ ਅਟੈਕ ਦੀ ਆ ਸਕਦਾ ਹੈ। ਅਸੀਂ ਦੇਖਿਆ ਗਿਆ ਮਰੀਜ਼ ਨੂੰ ਸੱਪ ਨੇ ਕੱਟਿਆ ਹੁੰਦਾ, ਸੱਪ ਜ਼ਹਿਰੀਲਾ ਨਹੀਂ ਹੁੰਦਾ, ਲੇਕਿਨ ਉਹ ਡਰ ਕਰਕੇ ਮਰੀਜ਼ ਨੂੰ ਇੰਨਾ ਅਟੈਕ ਆ ਸਕਦਾ। ਉਹ ਚੀਜ਼ਾਂ ਨੂੰ ਸਭ ਤੋਂ ਪਹਿਲਾਂ ਪ੍ਰੀਵੈਂਟ ਕਰਨਾ ਉਹਨਾਂ। ਦੂਜੀ ਚੀਜ਼ ਅਸੀਂ ਕੀ ਕਰਦੇ ਹਾਂ, ਜਿਵੇਂ ਆਪਾਂ ਲੋਕਾਂ ਨੂੰ ਆਦਤ ਹੁੰਦੀ ਹੈ ਮੂਵੀ 'ਚ ਦੇਖ ਲਿਆ ਕਿ ਸੱਪ ਨੇ ਕੱਟਿਆ, ਅਤੇ ਮੂਵੀ 'ਚ ਦਿਖਾਉਂਦਾ ਕਿ ਹੀਰੋ ਹੀਰੋਇਨ ਦੀ ਜਾਨ ਬਚਾਉਣ ਵਾਸਤੇ ਉੱਥੇ ਦੇ ਮੂੰਹ ਲਾ ਕੇ ਚੂਸ ਨਾਲ ਲੱਗ ਪੈਂਦਾ ਜ਼ਹਿਰ ਨੂੰ ਉਹ ਤਾਂ ਕੱਢਣਾ, ਇਹ ਸਭ ਤੋਂ ਹੀ ਜ਼ਿਆਦਾ ਗਲਤ ਚੀਜ਼ ਹੈ। ਇੱਦਾਂ ਦੀ ਕੋਈ ਵੀ ਚੀਜ਼ ਮੈਡੀਕਲ 'ਚ ਜਾਂ ਕਿਤੇ ਵੀ ਅਲਾਊਡ ਨਹੀਂ ਹੈਗੀ। ਤੁਸੀਂ ਕਿਸੇ ਮਰੀਜ਼ ਦਾ ਜ਼ਹਿਰ ਅਗਰ ਉਹ ਸੱਚੀ ਜ਼ਹਿਰੀਲੇ ਜ਼ਹਿਰ ਨੇ ਕੱਢਿਆ, ਤੁਸੀਂ ਉਹ ਨਹੀਂ ਕਰ ਸਕਦੇ। ਦੂਜੀ ਚੀਜ਼ ਕੀ ਗਲਤੀ ਕਰਦੇ, ਉਹ ਕਿਸੇ ਪੱਟੀ ਨਾਲ ਜਾਂ ਟਾਈਟ ਕੱਪੜੇ ਨਾਲ ਉਹਨੂੰ ਬੰਨ੍ਹ ਦਿੰਦੇ ਨੇ, ਉਹਦੇ ਕਰਕੇ ਕੀ ਹੁੰਦਾ ਕਿ ਉਹ ਜ਼ਹਿਰ ਉੱਥੇ ਜਾਂ ਇਕੱਠਾ ਹੋ ਕੇ ਔਰ ਡੈਮੇਜ ਕਰਦਾ ਮੇਨ ਚੀਜ਼। ਹਾਂਜੀ ਜੀ, ਇਸ ਕਰਕੇ ਇਹ ਤਾਂ ਸੀ, ਮੈਂ ਵੀ ਹੁਣ ਤੱਕ ਮੈਂ ਹੀ ਸੋਚਦਾ ਸੀਗਾ ਕਿ ਜਿਹਦੇ ਕਿਤੇ ਜ਼ਹਿਰ ਮਤਲਬ ਕਿ ਸੱਪ ਕੱਟ ਜੇ ਤੇ ਉਸ ਚੀਜ਼ ਨੂੰ ਟਾਈਟ ਤੁਸੀਂ ਕੱਪੜੇ ਨਾਲ ਬੰਨ ਦੋ, ਨਹੀਂ ਉਹ ਚੀਜ਼ ਗਲਤ ਹੈਗੀ। ਉਹ ਚੀਜ਼ ਡੈਮੇਜੇਬਲ ਬਹੁਤ ਹੁੰਦੀ ਹੈ। ਬੇਸਿਕ ਸਾਇੰਸ ਸਾਡੀ ਇਹ ਕਹਿੰਦੀ ਹੈ ਮੈਡੀਸਨ ਦੀ ਕਿ ਅਗਰ ਕਿਸੇ ਸੱਪ ਨੇ ਕੱਟਿਆ, ਸਭ ਤੋਂ ਪਹਿਲਾਂ ਪੇਸ਼ੈਂਟ ਨੂੰ ਅਸ਼ਿਓਰ ਕਰੋ ਕਿ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ, ਘਬਰਾਉਣ ਦੀ ਲੋੜ ਨਹੀਂ, ਅਸੀਂ ਹੋਸਪਿਟਲ ਤੁਹਾਨੂੰ ਲੈ ਕੇ ਜਾਣਗੇ। ਦੂਜੀ ਚੀਜ਼, ਉਹ ਜਿੱਥੇ ਵੀ ਹੱਥ ਜਾਂ ਬਾਂਹ ਚੀਜ਼ ਹੈ ਉਹਨੂੰ ਸਟੇਬਲ ਕਰਨਾ ਜ਼ਰੂਰੀ ਹੈ, ਨਾ ਕਿ ਉਹਨੂੰ ਬੰਨਣਾ ਜ਼ਰੂਰੀ ਹੈ। ਸਟੇਬਲ ਕਰਨ ਨਾਲ ਕੀ ਹੁੰਦਾ ਕਿ ਜਦ ਪੇਸ਼ੈਂਟ ਸਟੇਬਲ ਹੋ ਗਿਆ, ਪੇਸ਼ੈਂਟ ਦੀ ਲਿਮ ਸਟੇਬਲ ਹੋ ਗਈ, ਜਾਂ ਪੇਸ਼ੈਂਟ ਕਾਮ ਕੰਪੋਜ਼ ਹੋ ਗਿਆ, ਤਾਂ ਪੇਸ਼ੈਂਟ 'ਚ ਅਗਰ ਸੱਚੀ ਉਹ ਬਲੱਡ 'ਚ ਜ਼ਹਿਰ ਗਿਆ ਹੈ ਤਾਂ ਉਹਦਾ ਫਲੋ ਘੱਟ ਹੋ ਜਾਂਦਾ ਹੈ। ਮੈਮ ਸਟੇਬਲ ਕਰਨ ਤੋਂ ਕੀ ਮਤਲਬ ਕਿ ਸਟੇਬਲ, ਮਤਲਬ ਸਟੇਬਲ ਕਹਿਣ ਦਾ ਮਤਲਬ ਕਿ ਉਸ ਨੂੰ ਕਹਿ ਦਿਓ ਕਿ ਇਹ ਲੱਤ ਜਾਂ ਇਹ ਬਾਂਹ ਜ਼ਿਆਦਾ ਹਿਲਾਉਣੀ ਨਹੀਂ ਹੈ, ਸਪਲਿੰਟ ਕੇ, ਜਿਵੇਂ ਅਸੀਂ ਸਪਲਿੰਟ, ਜਿਵੇਂ ਕਿਸੇ ਦਾ ਫ੍ਰੈਕਚਰ ਹੋ ਜਾਂਦਾ ਆਪਾਂ ਸਪਲਿੰਟ ਲਾ ਦਿੰਦੇ ਹਾਂ ਨਾ ਕਿ ਹਿਲਾਇਓ ਨਾ, ਜਿਸ ਚੀਜ਼ ਦੀ ਮੂਵਮੈਂਟ ਹੀ ਨਹੀਂ ਹੋਊਗੀ ਉਹਦੇ ਵਿੱਚ ਉਹ ਸਪਰੈਡ ਘੱਟ ਹੋ ਜਾਊਗਾ। ਠੀਕ ਹੈ, ਇਸ ਕਰਕੇ ਉਸ ਲੱਤ ਨੂੰ ਜਾਂ ਉਸ ਲਿਮ ਨੂੰ ਸਟੇਬਲ ਕਰਨਾ ਬਹੁਤ ਜ਼ਰੂਰੀ ਹੈ, ਔਰ ਪੇਸ਼ੈਂਟ ਦਾ ਕਾਮ ਔਰ ਕੰਪੋਜ਼ ਰਹਿਣਾ ਬਹੁਤ ਜ਼ਰੂਰੀ ਹੈ। ਮੈਨੂੰ ਪਤਾ ਇਸ ਕੰਡੀਸ਼ਨ 'ਚ ਕੰਪੋਜ਼ ਹੋਣਾ ਬਹੁਤ ਮੁਸ਼ਕਿਲ ਹੈ, ਬਟ ਅਗਰ ਉਹਦੇ ਨਾਲ ਦੇ ਅਸ਼ਿਓਰ ਕਰਨਗੇ ਤਾਂ ਪੇਸ਼ੈਂਟ ਜ਼ਰੂਰ ਕੰਪੋਜ਼ ਹੋਊਗਾ, ਉਹੀ ਬਹੁਤ ਅੱਗੇ ਹੈਲਪਫੁਲ ਹੁੰਦੀ ਹੈ। ਤੀਸਰੀ ਚੀਜ਼, ਸਭ ਤੋਂ ਪੇਸ਼ੈਂਟ ਨੂੰ ਬਾਬਿਆਂ ਕੋਲ ਜਾਂ ਸਪੇਰਿਆਂ ਕੋਲ ਲੈ ਜਾਣ ਦੇ ਬਜਾਏ ਤੁਸੀਂ ਕਿਤੇ ਅੱਛੇ ਟਰਸ਼ਰੀ ਹੋਸਪਿਟਲ ਜਾਂ ਪ੍ਰਾਇਮਰੀ ਹੋਸਪਿਟਲ ਸਭ ਤੋਂ ਪਹਿਲਾਂ ਲੈ ਕੇ ਜਾਓ, ਤਾਂ ਕਿ ਉੱਥੇ ਉਹ ਮਰੀਜ਼ ਨੂੰ ਡਾਕਟਰ ਚੈੱਕ ਕਰ ਸਕੇ, ਉਹ ਦੱਸ ਸਕੇਗਾ ਮਰੀਜ਼ ਨੂੰ ਚੈੱਕ ਕਰਕੇ ਕਿ ਸੱਚੀ ਉਹ ਜ਼ਹਿਰੀਲੇ ਸੱਪ ਨੇ ਕੱਟਿਆ ਕਿ ਨਹੀਂ ਕੱਟਿਆ। ਜਿਵੇਂ ਕੁਛ ਸੱਪ ਹੁੰਦੇ ਆ ਜਿਵੇਂ ਕੋਬਰਾ ਵਗੈਰਾ ਹੁੰਦੇ, ਇਹਨਾਂ ਦਾ ਸੱਪ ਦਾ ਜ਼ਹਿਰ ਬਹੁਤ ਜਲਦੀ ਫੈਲਦਾ, ਅਤੇ ਜੇ ਤੁਸੀਂ ਅੱਧੇ ਘੰਟੇ ਦੇ ਅੰਦਰ ਹੋਸਪਿਟਲ ਨਹੀਂ ਪਹੁੰਚੇ ਤਾਂ ਮਰੀਜ਼ ਦੀ ਜਾਨ ਨੂੰ ਵੀ ਖਤਰਾ ਹੁੰਦਾ। ਲੇਕਿਨ ਕੁਛ ਸੱਪ ਹੁੰਦੇ ਉਹਨਾਂ ਦਾ ਜ਼ਹਿਰ ਬਹੁਤ ਲੇਟ ਫੈਲਦਾ ਹੈ, 12 ਘੰਟੇ ਵੀ ਲੱਗ ਜਾਂਦੇ, ਤਾਂ ਉਸ ਚੀਜ਼ ਵਾਸਤੇ ਵੀ ਹੋਸਪਿਟਲ ਆਉਣਾ ਬਹੁਤ ਜ਼ਰੂਰੀ ਹੈਗਾ।
ਜਦ ਵੀ ਕੋਈ ਮਰੀਜ਼ ਸਾਡੇ ਕੋਲ ਹੋਸਪਿਟਲ 'ਚ ਆਉਂਦਾ, ਸਭ ਤੋਂ ਪਹਿਲਾਂ ਉਸ ਪੇਸ਼ੈਂਟ ਦੀ ਹਿਸਟਰੀ ਲੈਂਦੇ ਆ। ਜੇ ਪੇਸ਼ੈਂਟ ਕੋਲ ਸੱਪ ਦੀ ਫੋਟੋ ਹੈਗੀ ਆ ਜਾਂ ਸੱਪ ਨੂੰ, ਕਈ ਵਾਰੀ ਕਈ ਲੋਕ ਸੱਪ ਵੀ ਫੜ ਕੇ ਲਿਆਉਂਦੇ ਆ, ਤਾਂ ਉਸ ਨੂੰ ਦੱਸਦੇ। ਉਸ ਹਿਸਾਬ ਨਾਲ ਅਸੀਂ ਪੇਸ਼ੈਂਟ ਦੀ ਟ੍ਰੀਟਮੈਂਟ ਸ਼ੁਰੂ ਕਰਦੇ ਹਾਂ, ਚਾਹੇ ਸਾਨੂੰ ਪਤਾ ਹੋ ਜਾਂ ਨਾ ਪਤਾ ਹੋ ਸੱਪ ਕਿਸ ਤਰ੍ਹਾਂ ਦਾ ਹੈ। ਅਸੀਂ ਮਰੀਜ਼ ਦੀ ਟ੍ਰੀਟਮੈਂਟ ਕਰਦੇ, ਮਰੀਜ਼ ਦੇ ਕੁਛ ਟੈਸਟ ਕੀਤੇ ਜਾਂਦੇ, ਜਿਹਦੇ ਸਭ ਤੋਂ ਪਹਿਲਾਂ ਅਸੀਂ ਹੋਲ ਬਲੱਡ ਕਲੋਟਿੰਗ ਟਾਈਮ ਕਰਦੇ ਹਾਂ। ਉਹ ਸਾਨੂੰ ਦੱਸਦਾ ਕਿ ਅਗਰ ਖੂਨ ਤੁਹਾਡਾ 20 ਮਿੰਟ 'ਚ ਕਲੋਟ ਕਰ ਗਿਆ ਤਾਂ ਇਹਦਾ ਮਤਲਬ ਕਿ ਕੋਈ ਸੀ ਵੀ, ਕਿਉਂਕਿ ਤਿੰਨ ਤਰ੍ਹਾਂ ਦੇ ਸੱਪ ਹੁੰਦੇ, ਇੱਕ ਨਿਊਰੋਟੋਕਸਿਕ ਸਨੇਕ ਹੁੰਦਾ, ਇੱਕ ਹੀਮੋਟੋਕਸਿਕ ਹੁੰਦਾ ਔਰ ਇੱਕ ਮਾਇਓਟੋਕਸਿਕ। ਜਿਹੜਾ ਨਿਊਰੋਟੋਕਸਿਕ ਹੁੰਦਾ ਉਹ ਸਾਡੇ ਸੈਂਟਰਲ ਨਰਵਸ ਸਿਸਟਮ ਨੂੰ ਅਟੈਕ ਕਰਦਾ, ਜਿਵੇਂ ਕਿ ਸਾਡੇ ਦਿਮਾਗ 'ਤੇ ਅਟੈਕ, ਦਿਮਾਗ ਔਰ ਉਹਦੀ ਨਸਾਂ 'ਤੇ। ਅਤੇ ਅਗਰ ਉਹ ਕੱਟੇਗਾ ਤਾਂ ਸਾਨੂੰ ਪੈਰਾਲਿਸਿਸ ਹੋ, ਪੈਰਾਲਿਸਿਸ ਵਰਗਾ ਅਟੈਕ ਆਊਗਾ, ਜਿਵੇਂ ਪੋਲੀਓ 'ਚ ਪੈਰਾਲਿਸਿਸ ਹੁੰਦੀ ਹੈ ਇੱਕਦਮ, ਉੱਦਾਂ ਅਟੈਕ ਆਉਂਦਾ। ਜਿਹੜਾ ਹੀਮੋਟੋਕਸਿਕ ਹੁੰਦਾ ਉਹ ਖੂਨ ਨੂੰ ਹੀ ਪਤਲਾ ਕਰ ਦਿੰਦਾ, ਉਹਦਾ ਟਾਈਮ ਟਾਈਮ ਜ਼ਿਆਦਾ ਲੱਗਦਾ। ਮਾਇਓਟੈਕਸਿਕ ਤਾਂ ਬਹੁਤ ਜਲਦੀ, ਨਿਊਰੋਟੋਕਸਿਕ ਤਾਂ ਬਹੁਤ ਜਲਦੀ ਅਟੈਕ ਕਰਦਾ, ਲੇਕਿਨ ਹੀਮੋਟੋਕਸਿਕ ਦਾ ਜ਼ਹਿਰ ਧੀਰੇ ਧੀਰੇ ਫੈਲਦਾ, ਉਹ ਖੂਨ ਪਤਲਾ ਕਰਦਾ। ਖੂਨ ਪਤਲਾ ਕਰਕੇ ਬਲੀਡਿੰਗ ਹੋਣ ਦੇ ਚਾਂਸਸ ਵੱਧ ਜਾਂਦੇ ਆ। ਤਿੰਨ ਤਰ੍ਹਾਂ ਦੇ ਸੱਪ ਹੈਗੇ ਨਾ, ਇੱਕ ਤਾਂ ਨਿਊਰੋਟੋਕਸਿਕ ਹੈਗਾ, ਉਹਦੇ ਕਰਕੇ ਦਿਮਾਗ ਦੇ ਨਰਵਸ ਸਿਸਟਮ 'ਤੇ ਅਟੈਕ, ਉਹਦਾ ਪੈਰਾਲਿਸਿਸ ਹੋ ਜਾਊਗੀ, ਉਹ ਜਲਦੀ ਐਕਟ ਕਰਦਾ। ਜਿਹੜਾ ਹੀਮੋਟੋਕਸਿਕ ਹੈਗਾ ਉਹ ਤੁਹਾਡੇ ਖੂਨ ਸੈੱਲ ਨੂੰ ਪਤਲਾ ਕਰ ਦਿੰਦਾ, ਜਿਹਨੂੰ ਆਮ ਭਾਸ਼ਾ 'ਚ ਅਸੀਂ ਖੂਨ ਪਤਲਾ ਕਹਿਣਾ ਕਹਿੰਦੇ ਆ। ਤੇ ਉਹਦੇ ਕਰਕੇ ਬਲੀਡਿੰਗ ਚਾਂਸਸ, ਔਰ ਮਰੀਜ਼ ਬਲੀਡਿੰਗ ਕਰਕੇ ਮਰ ਸਕਦਾ, ਓਵਰ ਬਲੀਡਿੰਗ ਹੋ ਜਾਏ, ਓਵਰ ਬਲੀਡਿੰਗ ਜਾਂ ਦਿਮਾਗ 'ਚ ਬਲੀਡਿੰਗ ਕੀਤੀ ਵੀ। ਤੇ ਤੀਸਰਾ ਹੁੰਦਾ ਮਾਇਓਟੋਕਸਿਕ, ਜਿਹੜਾ ਕਿ ਇਸ ਸਾਡੇ ਏਰੀਆ 'ਚ ਥੋੜਾ ਘੱਟ ਹੈਗਾ, ਉਹਦੇ 'ਚ ਮਸਲ ਤੇ ਐਕਟ ਕਰਦਾ, ਮਸਲ ਟੁੱਟਦੀ ਹੈ, ਮਸਲ ਟੁੱਟ ਕੇ ਇੱਕ ਜ਼ਹਿਰ ਬਣਾਉਂਦੀ ਹੈ, ਉਹ ਜ਼ਹਿਰ ਕਿਡਨੀ ਆ ਜਾ ਕੇ ਕਿਡਨੀ ਜਾਂ ਲੀਵਰ ਫੇਲ ਵਗੈਰਾ ਕਰਦਾ। ਤੇ ਅਸੀਂ ਜਿਹੜੇ ਮੋਸਟਲੀ ਦੇਖਦੇ ਉਹ ਨਿਊਰੋਟੋਕਸਿਕ ਦੇਖਦੇ ਆਪਣੇ ਪੰਜਾਬ 'ਚ, ਜਿਹੜੇ ਮੈਂ ਵੀ ਅੱਜ ਤੱਕ ਆਪਣੇ ਦੇਖੇ ਆ। ਤੇ ਉਹਦੇ ਬਾਅਦ ਦੂਜੇ ਨੰਬਰ 'ਤੇ ਹੀਮੋਟੋਕਸਿਕ ਆਉਂਦੇ ਆ, ਹੀਮੋਟੋਕਸਿਕ ਸਨੇਕ ਦੂਜੇ ਨੰਬਰ 'ਤੇ ਆਉਂਦੇ। ਮਾਇਓਟੋਕਸਿਕ ਅਸੀਂ ਬਹੁਤ ਰੇਅਰਲੀ ਦੇਖਦੇ ਹਾਂ, ਕਿਉਂਕਿ ਉਹਦੇ ਸਿਮਟਮ ਬਹੁਤ ਸਲੋ ਆਉਂਦੇ ਆ। ਅਤੇ ਨਿਊਰੋਟੋਕਸਿਕ ਸਨੇਕ ਦਾ ਇਸ ਤਰ੍ਹਾਂ ਹੈਗਾ ਕਿ ਦੇ ਆਰ ਸਭ ਤੋਂ ਡੇਂਜਰਸ ਸੱਪ ਜਿਹੜੇ ਹੁੰਦੇ, ਜਿਵੇਂ ਕੋਬਰਾ ਵਗੈਰਾ ਹੋ ਗਏ, ਇਹ ਸਭ ਤੋਂ ਜ਼ਿਆਦਾ ਨਿਊਰੋਟੋਕਸਿਕ ਹੁੰਦੇ ਆ। ਇਹਨਾਂ ਮਰੀਜ਼ਾਂ ਵਿੱਚ ਸਾਨੂੰ ਇਮੀਡੀਏਟ ਹੈਲਥ ਕੇਅਰ ਦੀ ਜ਼ਰੂਰਤ ਪੈਂਦੀ ਹੈ। ਜਿਵੇਂ ਕਿ ਅਗਰ ਕਿਸੇ ਮਰੀਜ਼ ਨੂੰ ਸੱਪ ਨੇ ਕੱਟਿਆ, ਸ਼ੁਰੂ ਸ਼ੁਰੂ 'ਚ ਤਾਂ ਮਰੀਜ਼ ਨੂੰ ਕੁਛ ਨਹੀਂ ਹੁੰਦਾ, ਸਿਰਫ ਦਰਦ ਹੁੰਦਾ। ਮਰੀਜ਼ ਕਹੇਗਾ ਕਿ ਮੇਰੇ 'ਤੇ ਅੱਖਾਂ ਨਹੀਂ ਖੁੱਲ੍ਹ ਰਹੀਆਂ, ਅੱਖਾਂ ਬੰਦ ਹੋ ਜਾਂਦੀਆਂ, ਕਿਉਂਕਿ ਸਾਡੇ ਅੱਖਾਂ ਦੀ ਜਿਹੜੀ ਮਸਲਸ ਹੁੰਦੀ ਉਹ ਪੈਰਾਲਾਈਜ਼ ਹੋ ਜਾਂਦੀ ਹੈ। ਮਰੀਜ਼ ਕਹੇਗਾ ਮੈਨੂੰ ਸਾਹ ਲੈਣ 'ਚ ਦਿੱਕਤ ਆ ਰਹੀ ਹੈ। ਮਰੀਜ਼ 1 ਤੋਂ ਲੈ ਕੇ 30 ਤੱਕ ਗਿਣਤੀ ਕਰ ਨਹੀਂ ਸਕਦਾ ਇੱਕ ਸਾਹ 'ਚ, ਅਤੇ ਨਿਸ਼ਾਨੀ ਹੈ ਕਿ ਉਹਨੂੰ ਨਿਊਰੋਟੋਕਸਿਕ ਸਨੇਕ ਦੇ ਸਾਈਨ ਆਉਣ ਲੱਗ ਪਿਆ। ਇਸ ਕੇਸਿਸ 'ਚ ਅਸੀਂ ਪੇਸ਼ੈਂਟ ਨੂੰ ਐਂਟੀ ਸਨੇਕ ਵੈਨਮ ਦਿੰਦੇ ਹਾਂ, ਜਿਹੜਾ ਕਿ ਸਾਰੇ ਸੱਪਾਂ ਵਾਸਤੇ ਸੇਮ ਹੀ ਹੁੰਦਾ। ਜਦੋਂ ਸਨੇਕ ਦੇ ਕਈ ਵਾਰੀ ਉਹ ਸਾਨੂੰ ਰਿਪੀਟ ਵੀ ਕਰਨੇ ਪੈਂਦੇ ਡੋਜ਼, ਐਂਡ ਸਮ ਟਾਈਮ ਜਾਂ ਪੇਸ਼ੈਂਟ 'ਚ ਜ਼ਹਿਰ ਜ਼ਿਆਦਾ ਹੁੰਦਾ, ਕਿਉਂਕਿ ਕੁਛ ਸਨੇਕ ਜਿਹੜੇ 1-2% ਸਨੇਕ ਬਹੁਤ ਜ਼ਿਆਦਾ ਜ਼ਹਿਰੀਲੇ ਹੁੰਦੇ, ਉਹਨਾਂ ਵਿੱਚ ਮਰੀਜ਼ ਨੂੰ ਬੜੇ ਸੈਂਟਰ 'ਚ ਭੇਜ ਕੇ ਵੈਂਟੀਲੇਟਰ 'ਤੇ ਵੀ ਪਾਉਣਾ ਪੈਂਦਾ, ਕਿਉਂਕਿ ਉਹੀ ਮਰੀਜ਼ ਦੀ ਜਾਨ ਬਚਾ ਸਕਦੇ ਹਾਂ, ਕਿਉਂਕਿ ਜ਼ਹਿਰ ਉਤਰਨ ਨੂੰ ਟਾਈਮ ਲੱਗਦਾ ਨਾਲ ਨਾਲ ਦਵਾਈਆਂ 'ਚ। ਸਨੇਕ ਕੱਟਿਆ ਹੋਇਆ ਜਿਹੜਾ ਇਨਸਾਨ ਹੈਗਾ ਉਹਦੀ ਜਾਨ ਬਚ ਸਕਦੀ ਹੈ ਜੇ ਉਹ ਟਾਈਮਲੀ ਹੋਸਪਿਟਲ ਆਇਆ ਜਾ ਸਕੇ। ਅਗਰ ਉਹਨੂੰ ਟਾਈਮਲੀ, ਅਗਰ ਕਿਸੇ ਨਿਊਰੋਟੋਕਸਿਕ ਮਰੀਜ਼ ਨੂੰ ਟਾਈਮਲੀ ਵੈਂਟੀਲੇਟਰ ਮਿਲ ਜਾਏ, ਅਗਰ ਪੈਰਾਲਿਸਿਸ ਹੋ ਰਹੀ ਹੈ ਵੈਂਟੀਲੇਟਰ ਮਿਲ ਜਾਏ ਔਰ ਉਹ ਵੈਂਟੀਲੇਟਰ 'ਤੇ ਪੈ ਜਾਏ, ਤਾਂ ਉਹਦੀ ਜਾਨ ਬਚਾਈ ਜਾ ਸਕਦੀ ਹੈ ਕਿ ਸਨੇਕ ਤਾਂ ਕੱਟਿਆ ਇਨਸਾਨ ਨੂੰ ਬਚਾਇਆ ਜਾ ਸਕਦਾ। ਐਵੇਂ ਨਹੀਂ ਹੈਗਾ ਕਿ ਸਨੇਕ ਨੇ ਕੱਟਿਆ ਤਾਂ ਮੇਰੀ ਇਨਸਾਨ ਦਾ ਮਰਨਾ ਤੈਅ ਹੀ ਹੁੰਦਾ, ਠੀਕ ਹੈ। ਅਤੇ ਦੂਜਾ ਹੋ ਗਿਆ ਸਾਡਾ ਹੀਮੋਟੋਕਸਿਕ ਸਨੇਕ। ਹੀਮੋਟੋਕਸਿਕ ਸਨੇਕ ਅਸੀਂ ਹੋਲ ਬਲੱਡ ਕਲੋਟਿੰਗ ਟਾਈਮ ਹਰੇਕ ਮਰੀਜ਼ 'ਚ ਕਰਦੇ ਹਾਂ। ਜੇ ਸਾਨੂੰ ਲੱਗਦਾ ਹੈ ਕਿ ਮਰੀਜ਼ ਦਾ ਖੂਨ ਪਤਲਾ ਹੈ, ਬਿਲਕੁਲ ਕਲੋਟ ਹੀ ਨਹੀਂ ਕਰ ਰਿਹਾ, ਤਾਂ ਇਹਦਾ ਇੱਕ ਸੰਦੇਸ਼ਾ ਦਿੰਦਾ ਹੈਗਾ ਕਿ ਉਹ ਹੀਮੋਟੋਕਸਿਕ ਸਨੇਕ ਨੇ ਕੱਟਿਆ ਹੋਇਆ। ਅਤੇ ਉਹਦੇ ਵਿੱਚ ਵੀ ਅਸੀਂ ਸਨੇਕ ਵੈਨਮ ਦਿੰਦੇ ਹਾਂ ਜਾਂ ਪਿਲੇ ਪੇਸ਼ੈਂਟ ਦਾ ਖੂਨ ਠੀਕ ਕਰਨ ਦੇ ਸਿਮਟਮ, ਐਂਡ ਪੇਸ਼ੈਂਟ ਨੂੰ ਕੁਛ ਓਵਰ ਦਾ ਟਾਈਮ ਓਬਜ਼ਰਵ ਕਰਨਾ ਪੈਂਦਾ ਜਦ ਤੱਕ ਮਰੀਜ਼ ਦਾ ਠੀਕ ਨਹੀਂ ਹੁੰਦਾ, ਕਿਉਂਕਿ ਇਹਦੇ ਵਿੱਚ ਕਈ ਵਾਰੀ ਜਿੱਥੇ ਇਨਸਾਨ ਆਪਣੇ ਕੱਟਿਆ ਹੁੰਦਾ ਉੱਥੇ ਬਹੁਤ ਵਾਰੀ ਗਲ ਜਾਂਦੀ ਹੈ, ਸਕਿਨ ਇਨਫੈਕਸ਼ਨ ਹੋ ਜਾਂਦੀ, ਤਾਂ ਉਹ ਸਾਨੂੰ ਐਂਟੀਬਾਇਟਿਕ ਵੀ ਨਾਲ ਕਈ ਵਾਰ ਦੇਣੇ ਪੈਂਦੇ। ਤੀਸਰਾ ਤੁਹਾਨੂੰ ਦੱਸਿਆ ਮਾਇਓਟੋਕਸਿਕ ਜਿਹੜਾ ਸਨੇਕ ਹੁੰਦਾ ਜਿਹਦੇ 'ਚ ਮਸਲਸ ਅਟੈਕ ਕਰਦਾ,
ਉਹ ਇਸ ਕਰਕੇ ਉਹ ਵੀ ਖਤਰਨਾਕ ਹੈਗਾ ਕਿਉਂਕਿ ਉਹਦੇ ਨਾਲ ਜਦ ਮਸਲ ਟੁੱਟਦੇ ਆ, ਤੁਹਾਨੂੰ ਦੱਸਿਆ ਜਿੱਦਾਂ ਜ਼ਹਿਰ ਬਣਦਾ, ਉਹ ਜ਼ਹਿਰ ਜਾ ਕੇ ਕਿਡਨੀਜ਼ 'ਚ ਇਕੱਠਾ ਹੋ ਜਾਂਦਾ ਔਰ ਉਹ ਕਿਡਨੀਜ਼ ਨੂੰ ਫੇਲ ਕਰ ਸਕਦਾ, ਜਿਹਦੇ ਕਰਕੇ ਮਰੀਜ਼ ਦੀ ਜਾਨ ਜਾ ਸਕਦੀ ਹੈ। ਅਤੇ ਅਗਰ ਕਿਸੇ ਸੱਪ ਨੇ ਕੱਟਿਆ, ਉਹਦੇ ਬਲੱਡ ਟੈਸਟ ਹੁੰਦੇ ਆ, ਉਹਦੇ 'ਚ ਪ੍ਰੋਬਲਮ ਆਉਂਦੀ ਕਿਡਨੀ ਦੇ ਟੈਸਟਾਂ ਜਾਂ ਯੂਰਿਨ ਦੇ, ਤਾਂ ਸਾਨੂੰ ਅਸੀਂ ਆਈਡੀਆ ਲਗਾ ਸਕਦੇ ਹਾਂ ਕਿ ਉਹਨੂੰ ਇਸ ਤਰ੍ਹਾਂ ਦੇ ਸੱਪ ਨੇ ਕੱਟਿਆ ਹੋਣਾ। ਇਸੇ ਕਰਕੇ ਸਾਡੀ ਇਹ ਰਿਕੁਐਸਟ ਹੈ ਕਿ ਬਾਬਿਆਂ ਕੋਲ ਜਾਂ ਸਪੇਰਿਆਂ ਕੋਲ ਜਾਣ ਦੇ ਬਜਾਏ, ਚਾਹੇ ਤਾਂ ਤੁਹਾਨੂੰ ਜ਼ਹਿਰੀਲੇ ਸੱਪ ਨੇ ਕੱਟਿਆ ਹੈ ਕਿ ਨਹੀਂ ਕੱਟਿਆ, ਤੁਹਾਨੂੰ ਉੱਥੇ ਹੋਸਪਿਟਲ ਜਾਣਾ ਚਾਹੀਦਾ। ਅਸੀਂ ਹਰੇਕ ਸੱਪ ਦੇ ਕੱਟੇ ਮਰੀਜ਼ ਨੂੰ 24 ਆਵਰ ਆਬਜ਼ਰਵੇਸ਼ਨ ਰੱਖਦੇ ਹਾਂ, ਚਾਹੇ ਉਹ ਜ਼ਹਿਰੀਲਾ ਹੋਵੇ ਜਾਂ ਨਾ ਹੋਵੇ, ਕਿਉਂਕਿ ਕੁਛ ਦੇ ਸਿਮਟਮ ਜਿੱਦਾਂ ਤੁਹਾਨੂੰ ਦੱਸਿਆ ਅੱਧੇ ਘੰਟੇ 'ਚ ਵੀ ਆ ਸਕਦੇ, ਕਈਆਂ ਨੂੰ 12 ਘੰਟੇ ਅਤੇ 24 ਘੰਟੇ ਵੀ ਲੱਗ ਸਕਦੇ ਆ। ਅਤੇ ਇਸ ਕਰਕੇ ਹਰੇਕ ਮਰੀਜ਼ ਨੂੰ ਅਸੀਂ ਇੱਕ ਪੋਟੈਂਸ਼ੀਅਲ ਰਿਸਕ 'ਤੇ ਹੀ ਕੰਸੀਡਰ ਕਰਦੇ ਹਾਂ। ਜਿਹਦੇ ਜਿਵੇਂ ਮਰੀਜ਼ ਦੇ ਸਿਮਟਮ ਤੁਹਾਨੂੰ ਲੱਗਦੇ ਆ ਇੰਪਰੂਵ ਹੋ ਰਹੇ ਆ ਜਾਂ ਮਰੀਜ਼ ਇੰਨਾ ਰਿਸਕ 'ਚ ਨਹੀਂ ਲੱਗ ਰਿਹਾ, ਠੀਕ ਹੈ, ਉਸ ਹਿਸਾਬ ਨਾਲ ਅਸੀਂ ਡਿਸਚਾਰਜ ਅਗਲੀ ਇਨਵੈਸਟੀਗੇਸ਼ਨ ਕਰਾਉਂਦੇ ਆ। ਅਤੇ ਮੈਸੇਜ ਬਹੁਤ ਜ਼ਰੂਰੀ ਹੈਗੀ ਸਭ ਤੋਂ। ਮੈਮ ਜਿਵੇਂ ਅਸੀਂ ਆਮ ਤੌਰ ਦੇ ਉੱਤੇ ਪੰਜਾਬ 'ਚ ਵੇਖਿਆ, ਉਹ ਨੋਰਮਲੀ ਗੱਲਾਂ ਕਰਦੇ ਕਿ ਕੋਮਨ ਕ੍ਰੇਟ ਹੁੰਦਾ ਅਤੇ ਕੋਬਰਾ ਜਿਵੇਂ ਤੁਸੀਂ ਰੱਖਿਆ, ਕੋਮਨ ਕ੍ਰੇਟ ਹੈਗੇ ਆ ਇਹ ਸਾਰੇ ਸੱਪ ਹੁੰਦੇ ਆ। ਕੁਛ ਕਈ ਵਾਰ ਸਾਡੇ ਕੋਲ ਇੱਦਾਂ ਦੇ ਪੇਸ਼ੈਂਟ ਵੀ ਆਉਂਦੇ ਜਿਹਨਾਂ ਨੂੰ ਪਤਾ ਹੀ ਨਹੀਂ ਚੱਲਦਾ ਕਿ ਉਹਨਾਂ ਨੂੰ ਸੱਪ ਨੇ ਕੱਟਿਆ, ਤਾਂ ਉਹ ਚੀਜ਼ਾਂ ਨੂੰ ਕਿਉਂਕਿ ਅਸੀਂ ਉਹ ਸਾਈਨ ਐਂਡ ਸਿਮਟਮ 'ਤੇ ਬੇਸ 'ਤੇ ਹੀ ਦੱਸ ਸਕਦੇ ਹਾਂ, ਕਿਉਂਕਿ ਅੱਜ ਕੱਲ੍ਹ ਜਿੱਦਾਂ ਜਾਣਦੇ ਹੋ ਕਿ ਪੰਜਾਬ 'ਚ ਲੇਬਰ ਪਾਪੂਲੇਸ਼ਨ ਵੀ ਬਹੁਤ ਹੈਗੀ ਹੈ, ਲੋਕ ਖੇਤਾਂ 'ਚ ਕੰਮ ਕਰਦੇ ਆ, ਜ਼ਮੀਨਾਂ 'ਤੇ ਸੌਂਦੇ ਆ, ਉਹਦੇ ਕਰਕੇ ਲੋਕ ਜ਼ਮੀਨ 'ਤੇ ਸੌਂਦੇ ਆ, ਅਤੇ ਬਾਰਿਸ਼ਾਂ ਜਦ ਹੁੰਦੀਆਂ ਉਹਦੇ ਬਾਅਦ ਸੱਪ ਨਿਕਲਦੇ ਆ ਅਤੇ ਉਹ ਕੱਟ ਲੈਂਦੇ ਆ ਮਰੀਜ਼ਾਂ ਨੂੰ। ਤਾਂ ਉਹ ਚੀਜ਼ਾਂ 'ਚ ਤੁਸੀਂ ਧਿਆਨ ਰੱਖਣਾ ਕਿ ਮਰੀਜ਼ਾਂ ਨੂੰ ਕਿ ਜਿੰਨਾ ਹੋ ਸਕੇ ਕੁਛ ਉੱਚੀ ਜਗ੍ਹਾ 'ਤੇ ਸੁੱਤਾ ਜਾਵੇ ਤਾਂ ਕਿ ਉਹ ਸੱਪ ਉਹਨਾਂ ਨੂੰ ਨਾ ਕੱਟੇ, ਕਿਉਂਕਿ ਮੇਨਲੀ ਤਾਂ ਉਹਨਾਂ ਨੂੰ ਹੀ ਜ਼ਿਆਦਾ ਕੱਟਦੇ ਜਿਹੜੇ ਕਿ ਫੀਲਡ 'ਚ ਜ਼ਿਆਦਾ ਜਾਂਦੇ ਆ ਜਾਂ ਫਿਰ ਜਿਹੜੇ ਜ਼ਮੀਨ 'ਤੇ ਸੌਂਦੇ ਆ। ਜੇ ਤੁਸੀਂ ਪ੍ਰੋਪਰਲੀ ਪ੍ਰੀਕੋਸ਼ਨ ਰੱਖੋ, ਤੁਹਾਨੂੰ ਪਤਾ ਤੁਹਾਡੇ ਏਰੀਆ 'ਚ ਸੱਪ ਦੀ ਪਾਪੂਲੇਸ਼ਨ ਜ਼ਿਆਦਾ ਹੈਗੀ ਆ ਜਾਂ ਇੱਥੇ ਇੰਸੀਡੈਂਸ ਹੋ ਸਕਦਾ, ਤਾਂ ਅਵੋਇਡ ਕਰੋ ਜ਼ਮੀਨ 'ਤੇ ਸੋਣਾ, ਅਵੋਇਡ ਕਰੋ ਨੰਗੇ ਪੈਰੇ ਕਿੱਚੜ 'ਚ ਜਾਣਾ, ਜਾਂ ਫਿਰ ਹੜ੍ਹ ਆਉਂਦੇ ਉਸ ਟਾਈਮ ਕਿੱਚੜ 'ਚ ਬਿਨਾਂ ਲੰਬੇ ਬੜੇ ਬੂਟ ਪਾ ਕੇ ਜਾਓ। ਇਹ ਪ੍ਰੀਕੋਸ਼ਨ, ਔਰ ਜਿੱਦਾਂ ਕੱਟਦਾ ਹੈ ਤਾਂ ਇਮੀਡੀਏਟਲੀ ਜਾ ਕੇ ਰਿਪੋਰਟ ਕਰੋ ਹੋਸਪਿਟਲ 'ਚ। ਮੈਮ ਜਿੱਦਾਂ ਹੁਣ ਤਾਂ ਅਸੀਂ ਸਨੇਕ ਦੀ ਗੱਲ ਕਰੀ ਕਿ ਸਨੇਕ ਤੋਂ ਇਲਾਵਾ ਵੀ ਜਿੱਦਾਂ ਬਿੱਛੂ ਹੋ ਗਏ, ਹੋਰ ਚੀਜ਼ਾਂ ਵੀ ਕੀ ਇੱਦਾਂ ਦੀਆਂ ਹੁੰਦੀਆਂ ਜਿਹੜੀ ਇੰਨੀ ਖਤਰਨਾਕ ਹੋ ਸਕਦੀਆਂ, ਕਿਉਂਕਿ ਕੋਈ ਹੋਰ ਵੀ ਇੱਦਾਂ ਦੇ ਹੁੰਦੇ ਬਿੱਛੂ ਵਗੈਰਾ ਦਾ ਵੀ ਕੋਈ ਡੰਗ ਇੰਨਾ ਖਤਰਨਾਕ? ਐਕਚੁਲੀ ਇਹ ਚੀਜ਼ ਹਰ ਇੱਕ ਪੇਸ਼ੈਂਟ 'ਤੇ ਪੇਸ਼ੈਂਟ ਵੀ ਡਿਪੈਂਡ ਕਰਦੀ ਹੈ। ਅਗਰ ਕਈ ਵਾਰੀ ਕਈ ਬਿੱਛੂ ਕੱਟੇ ਵੀ ਸਾਡੇ ਕੋਲ ਆਉਂਦੇ ਹੈ, ਜਾਂ ਫਿਰ ਕਈ ਲੋਕਾਂ ਨੂੰ ਤਾਂ ਮਧੂਮੱਖੀ ਦੇ ਕੱਟਣ ਨਾਲ ਵੀ ਇੰਨਾ ਜ਼ਿਆਦਾ ਸਵੀਅਰ ਰਿਐਕਸ਼ਨ ਹੋ ਜਾਂਦਾ ਕਿ ਉਹਨਾਂ ਦੀ ਜਾਨ ਤੱਕ ਬਣੇ ਆਉਂਦੀ ਹੈ, ਅਤੇ ਹਰੇਕ ਮਰੀਜ਼ ਦਾ ਇੱਕ ਇਮਿਊਨ ਲੈਵਲ ਹੁੰਦਾ ਕਿ ਉਸ ਜ਼ਹਿਰ ਨੂੰ ਕਿੰਨਾ ਕੁ ਸਹਿ ਸਕਦਾ ਹੈ। ਕਈਆਂ ਦਾ ਘੱਟ ਹੁੰਦਾ, ਕਈਆਂ ਦਾ ਜ਼ਿਆਦਾ ਹੁੰਦਾ। ਕਈ ਵਾਰੀ ਕੁਛ ਲੋਕ ਹੁੰਦੇ, ਉਹਨਾਂ ਨੂੰ ਇੱਕ ਮਧੂਮੱਖੀ ਨੇ ਕੱਟਿਆ ਹੁੰਦਾ, ਇੰਨਾ ਜ਼ਿਆਦਾ ਐਨਾਫਲੈਕਟਿਕ ਸ਼ੌਕ ਹੁੰਦਾ ਕਿ ਉਹ ਜਾਨ 'ਤੇ ਬਣਿਆ ਹੋਸਪਿਟਲ ਐਡਮਿਟ ਕਰਨਾ ਪੈਂਦਾ। ਕਈਆਂ ਨੂੰ ਬਿੱਛੂ ਕੱਟਿਆ ਵੀ ਇੰਨਾ ਫਰਕ ਨਹੀਂ ਪੈਂਦਾ, ਅਤੇ ਹਰੇਕ। ਲੇਕਿਨ ਮੈਂ ਤੁਹਾਨੂੰ ਇਹੀ ਸਲਾਹ ਦਊਂਗੀ ਕਿ ਜਿਹੜਾ ਵੀ ਕੋਈ ਪੇਸ਼ੈਂਟ ਹੈ ਜਾਂ ਮਰੀਜ਼ ਬੰਦਾ ਹੈਗਾ ਜਿਹਨੂੰ ਕਿਸੇ ਚੀਜ਼ ਨੇ ਵੀ ਕੱਟਿਆ, ਚਾਹੇ ਅਨਨੋਨ ਬਾਈਟ ਕਿਉਂ ਨਾ ਹੋਵੇ, ਇੱਕ ਵਾਰੀ ਆ ਕੇ ਹੋਸਪਿਟਲ ਦਿਖਾਉਣਾ ਜ਼ਰੂਰੀ ਹੈ, ਕਿਉਂਕਿ ਕਈ ਚੀਜ਼ਾਂ ਮਰੀਜ਼ ਦੇ ਅੱਖਾਂ ਤੋਂ ਨਿਕਲ ਸਕਦੀ ਹੈ ਪਰ ਡਾਕਟਰ ਉਹਨੂੰ ਅਬਜ਼ਰਵ ਕਰ ਸਕਦਾ। ਔਰ ਅਗਰ ਕੋਈ ਟੈਸਟ ਕਰਾਉਣੇ ਤਾਂ ਉਸ ਹਿਸਾਬ ਨਾਲ ਟੈਸਟ ਕਰਾ ਸਕਦਾ। ਉਹਦੀ ਪ੍ਰਾਇਮਰੀ ਜਿਹੜਾ ਵੀ ਉਸ ਟਾਈਮ ਫਸਟ ਏਡ ਦੇਣੀ ਆ, ਉਹ ਤੁਹਾਨੂੰ ਹੋਸਪਿਟਲ 'ਚ ਹੀ ਮਿਲੂਗੀ, ਹੋਰ ਤਾਂ ਕਿਤੇ ਮਿਲੂਗੀ। ਉਹਦਾ ਅਗਰ 100% ਹੀ, ਕਮ ਸੇ ਕਮ ਕੁਛ ਤਾਂ ਅਸਰ ਘੱਟ ਹੋਊਗਾ ਜ਼ਹਿਰ ਦਾ। ਔਰ ਅਗਰ ਇਮੀਡੀਏਟਲੀ ਅਗਰ ਪੇਸ਼ੈਂਟ ਨੂੰ ਬਾਅਦ 'ਚ ਕੋਈ ਦਿੱਕਤ ਵੀ ਹੈ ਤਾਂ ਹੋਸਪਿਟਲ 'ਚ ਉਹ ਚੀਜ਼ ਮੈਨੇਜ ਹੋ ਸਕਦੀ ਹੈ ਐਜ਼ ਕੰਪੇਅਰ ਟੂ ਅਗਰ ਮਰੀਜ਼ ਘਰ ਹੀ ਬਹਿ ਜੂਗਾ। ਅਤੇ ਇਸ ਚੀਜ਼ ਕਰਕੇ ਧਿਆਨ, ਬਾਕੀ ਹੈ ਕਿ ਜਿੰਨਾ ਤੁਸੀਂ ਸਫਾਈ ਰੱਖੋਗੇ, ਬਰਸਾਤਾਂ ਦਾ ਮੌਸਮ ਹੈ, ਸਫਾਈ ਬਹੁਤ ਜ਼ਰੂਰੀ ਹੈ, ਹੜ੍ਹ ਦੇ ਬਾਅਦ ਵੀ ਸਫਾਈ ਜ਼ਰੂਰੀ ਹੈ, ਸਿਰਫ ਹਰੇਕ ਚੀਜ਼ ਵਾਸਤੇ, ਕਿਉਂਕਿ ਕੀੜੇ ਮਕੌੜਿਆਂ ਦਾ ਤਾਂ ਮੌਸਮ ਜਿਹੜਾ ਆਉਣਾ ਉਹ ਤਾਂ ਆਉਣਾ ਹੀ ਹੈ। ਇਹ ਵੀ ਕਾਰਨ ਹੋ ਸਕਦਾ ਕਿ ਜਾਨਵਰਾਂ ਦੀ ਜਿਹੜੀ ਰਹਿਣ ਦੀ ਜਿਹੜੀ ਜਗ੍ਹਾ ਉਹ ਘੱਟਦੀ ਜਾ ਰਹੀ ਹੈ ਔਰ ਬੰਦੇ ਦੀ ਵੱਧਦੀ ਜਾ ਰਹੀ ਹੈ, ਅਤੇ ਫਿਰ ਉਹ ਕੌਨਫਲਿਕਟ ਵੱਧ ਰਿਹਾ। ਡੈਫੀਨੇਟਲੀ ਉਹ ਰੀਜ਼ਨ ਤਾਂ ਰਹਿੰਦਾ ਹੀ ਹੈ, ਕਿਤੇ ਨਾ ਕਿਤੇ ਤਾਂ ਜਾਨਵਰ ਜਾਏਗਾ ਹੀ ਆਪਣੇ ਰਹਿਣ ਵਾਸਤੇ। ਬਾਕੀ ਇਹ ਹੈ ਕਿ ਇਹ ਰੀਜ਼ਨ ਤਾਂ ਹਮੇਸ਼ਾ ਰਹੇਗਾ ਹੀ ਰਹੇਗਾ। ਠੀਕ ਹੈ। ਅਤੇ ਮੈਮ ਕਈਆਂ ਦੇ ਨਾ ਮਾਇੰਡ ਦੇ ਵਿੱਚ ਇੱਕ ਸਵਾਲ ਮੇਰਾ ਸੀਗਾ ਇਹ ਕਿ ਮਾਇੰਡ ਦੇ ਵਿੱਚ ਇਹ ਵੀ ਹੁੰਦਾ ਕਿ ਅਸੀਂ ਹੋਸਪਿਟਲ ਜਾਵਾਂਗੇ ਤਾਂ ਕੀ ਉੱਥੇ ਸਾਨੂੰ ਐਂਟਰਟੇਨ ਕਰ ਪਾਉਣਗੇ, ਕਿ ਉਹਨਾਂ ਕੋਲ ਐਂਟੀਵੈਨਮ ਹੋਵੇਗੀ, ਇਹਦੀ ਦਵਾਈ ਹੋਵੇਗੀ, ਜਾਂ ਕੀ ਤੁਸੀਂ ਉਹਨਾਂ ਨੂੰ ਸਲਾਹ ਦੇਣਾ ਚਾਹੋਗੇ?
ਐਂਟੀਵੈਨਿਕ ਜਿੰਨੇ ਵੀ ਸਾਡੇ ਕੋਲ SDH ਹੋਸਪਿਟਲ ਹੈ, ਸਿਵਲ ਹੋਸਪਿਟਲ ਹੈ, ਈਵਨ ਟਰਸ਼ਰੀ ਹੋਸਪਿਟਲ, ਸਾਰੀ ਜਗ੍ਹਾ ਅਵੇਲੇਬਲ ਹੁੰਦਾ ਹੈ। ਜੇ ਬਾਈ ਚਾਂਸ ਕਈ ਵਾਰੀ ਪੇਸ਼ੈਂਟ ਜ਼ਿਆਦਾ ਹੋ ਜਾਂਦਾ ਤਾਂ ਆਊਟ ਆਫ ਸਟਾਕ ਵੀ ਹੋ ਜਾਂਦਾ, ਤਾਂ ਉਹਦੇ ਵਿੱਚ ਕੋਈ ਘਬਰਾਉਣ ਦੀ ਲੋੜ ਨਹੀਂ ਹੁੰਦੀ, ਉਸ ਹਿਸਾਬ ਨਾਲ ਫਿਰ ਪੇਸ਼ੈਂਟ ਮੈਨੇਜ ਹੁੰਦਾ ਹੈ। ਜੇ ਪੇਸ਼ੈਂਟ ਨੂੰ ਕਿਤੇ ਹਾਇਰ ਸੈਂਟਰ ਭੇਜਣ ਦੀ ਲੋੜ ਹੈ ਤਾਂ ਐਂਬੂਲੈਂਸ ਹਮੇਸ਼ਾ ACLS ਜਾਂ 108 ਜਿਹੜੀ ਪੰਜਾਬ ਦੀ ਐਂਬੂਲੈਂਸ ਹਮੇਸ਼ਾ ਤਿਆਰ ਰਹਿੰਦੀ ਹੈ ਪੇਸ਼ੈਂਟ ਨੂੰ ਟਾਈਮਲੀ ਪਹੁੰਚਾਉਣ ਵਾਸਤੇ, ਕਿਉਂਕਿ ਜਿੰਨੇ ਵੀ ਹਾਇਰ ਸੈਂਟਰ ਜਿਵੇਂ ਚੰਡੀਗੜ੍ਹ 32 ਵਿੱਚ ਹਮੇਸ਼ਾ ਸਟਾਕ ਰਹਿੰਦਾ, ਸਾਡੇ ਕੋਲ ਵੀ ਹਮੇਸ਼ਾ ਸਟਾਕ ਰਹਿੰਦਾ। ਅਗਰ ਬਾਈ ਚਾਂਸ ਕੋਈ ਇੱਦਾਂ ਸਿਚੁਏਸ਼ਨ ਆ ਵੀ ਜਾਂਦੀ ਹੈ ਤਾਂ ਉਹਦੇ ਵਾਸਤੇ ਹਰ ਚੀਜ਼ ਦਾ ਇੱਕ ਇਲਾਜ ਜ਼ਰੂਰ ਹੁੰਦਾ। ਠੀਕ, ਥੈਂਕ ਯੂ, ਥੈਂਕ ਯੂ ਸੋ ਮਚ।